ਤੇ ਵਕਫੇ ਤੋਂ ਬਾਅਦ ਜੀ ਆਇਆਂ ਨੂੰ ਜੀ ਸਾਰਿਆਂ ਦਾ ਔਰ ਵਿਚਾਰ ਵਟਾਂਦਰਾ ਅੱਜ ਅਸੀਂ ਕਰ ਰਹੇ ਹਾਂ ਵਰਜੀਨੀਆ ਦੇ ਵਿੱਚ ਬਹਿ ਕੇ ਅੱਜ ਮੁੱਦਾ ਹੋ ਰਿਹਾ ਜੀ ਅੱਜ ਸਟੂਡੀਓ ਦੇ ਵਿੱਚ ਮੁੱਦਾ ਨਹੀਂ ਹੈਗਾ ਅੱਜ ਗਰਾਊਂਡ ਲੈਵਲ ਤੇ ਜਾ ਕੇ ਲੋਕਾਂ ਦੇ ਹਾਲਾਤ ਜਾਣ ਕੇ ਕਿ ਕਿਉਂ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਪੰਜਾਬ ਛੱਡਣ ਨੂੰ ਮਜਬੂਰ ਹੋ ਰਹੇ ਹਨ ਕਿਉਂ ਅੱਜ ਭਾਰਤ ਦੇ ਵਿੱਚ ਉਹ ਕੌਨਫੀਡੈਂਸ ਲੈਵਲ ਪੈਦਾ ਨਹੀਂ ਕਰ ਪਾ ਰਹੇ ਹਨ ਸਿਆਸਤਦਾਨ ਕਿਉਂ ਉੱਥੇ ਦੀਆਂ ਸਰਕਾਰਾਂ ਮਜਬੂਰ ਕਰ ਰਹੀਆਂ ਹਨ ਕਿ ਪੰਜਾਬੀ ਜਿਹੜੇ ਨੇ ਉਹ ਜਾ ਕੇ ਵਿਦੇਸ਼ਾਂ ਦੇ ਵਿੱਚ ਵਸਣ ਅੱਜ ਕੋਸ਼ਿਸ਼ ਕੀਤੀ ਹੈ ਜਸ ਬ੍ਰੌਡਕਾਸਟਿੰਗ ਦੀ ਟੀਮ ਨੇ ਔਰ ਅੱਜ ਕੋਸ਼ਿਸ਼ ਕੀਤੀ ਹੈ ਅਸੀਂ ਕਿ ਗਰਾਊਂਡ ਲੈਵਲ 'ਤੇ ਜਾ ਕੇ ਅਮੈਰੀਕਾ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਜਾ ਕੇ ਜਾਣਨ ਦੀ ਕੋਸ਼ਿਸ਼ ਕਰੀਏ ਕਿ ਕੀ ਹਾਲਾਤ ਨੇ ਔਰ ਕਿਹੜੇ ਕਿਹੜੇ ਸੰਤਾਪ ਹੰਢਾ ਕੇ ਆਏ ਨੇ ਸਾਡੇ ਪੰਜਾਬੀ ਭਰਾ ਲੇਕਿਨ ਮੈਂ ਗੱਲ ਕੀਤੀ ਸੀ ਕਿ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਕਿ ਕਿਸ ਤਰੀਕੇ ਦਾ ਰੋਡ ਮੈਪ ਜਿਹੜਾ ਉਹ ਪੰਜਾਬ ਨੂੰ ਤਿਆਰ ਕਰਨਾ ਚਾਹੀਦਾ ਜਾਂ ਫਿਰ ਉੱਥੇ ਦੇ ਸਿਆਸਤਦਾਨਾਂ ਨੂੰ ਤਿਆਰ ਕਰਨਾ ਚਾਹੀਦਾ ਪੋਲੀਟੀਕਲ ਵੇਵ ਜਿਹੜੀ ਹਵਾ ਇਸ ਟਾਈਮ ਚੱਲ ਰਹੀ ਹੈ ਉਹ ਹਵਾ ਕਿੱਥੇ ਨਾ ਕਿੱਥੇ ਹੁਣ ਉਮੀਦ ਜਿਹੜੀ ਹੈ ਉਹ ਸੁਖਪਾਲ ਸਿੰਘ ਖਹਿਰਾ ਔਰ ਤੋਂ ਲਗਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਤੋਂ ਲਗਾਈ ਜਾ ਰਹੀ ਹੈ ਜਿਹੜੀ 1 ਤਰੀਕ ਨੂੰ ਇਹ ਕਨਵੈਨਸ਼ਨ ਹੋਈ ਹੈ ਇਸ ਕਨਵੈਨਸ਼ਨ ਦੀ ਹਿਮਾਇਤ ਕੀਤੀ ਹੈ ਪੰਜਾਬ ਦੇ ਬਾਹਰ ਵੱਸਦੇ ਸਮੁੱਚੇ ਪੰਜਾਬੀਆਂ ਨੇ ਵਿਸ਼ਵ ਦੇ ਵਿੱਚ ਵਿਸ਼ਵ ਤੋਂ ਵੀ ਕਾਫੀ ਪੰਜਾਬੀਆਂ ਨੇ ਹੁੰਗਾਰਾ ਜਿਹੜਾ ਉਹ ਭੇਜਿਆ ਪੰਜਾਬ ਦੇ ਵਿੱਚ ਔਰ ਖਾਸ ਤੌਰ 'ਤੇ ਇਸ ਰੈਲੀ ਦੇ ਵਿੱਚ ਜਿਹੜਾ ਸ਼ਕਤੀ ਪ੍ਰਦਰਸ਼ਨ 1 ਤਰੀਕ ਨੂੰ ਕੀਤਾ ਗਿਆ ਸੀਗਾ ਤਾਂ ਇੱਕ ਪਾਸੇ ਅਸੀਂ ਜ਼ਰੂਰ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਸਾਡਾ ਪੰਜਾਬ ਹੈ ਉਹ ਵੀ ਸੁਨਹਿਰਾ ਹੋਵੇ ਕਿਉਂਕਿ ਕੰਕਲੂਜਨ ਤਾਂ ਖੁਦ ਅਸੀਂ ਆਪ ਕੱਢਣਾ ਔਰ ਕਿਸ ਤਰੀਕੇ ਦੀ ਸਪੋਰਟ ਜਿਹੜੀ ਹੈ ਉਹ ਕਰਨੀ ਵੀ ਚਾਹੀਦੀ ਹੈ ਪੰਜਾਬ ਦੇ ਵਿੱਚ ਵਸਦੇ ਇਹਨਾਂ ਸਿਆਸਤਦਾਨਾਂ ਦੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸੰਤਾਪ ਹੰਢਾਏ ਗਏ ਨੇ ਉਹ ਦੂਰ ਹੋ ਸਕਣ ਜੀ ਅਮਨਪ੍ਰੀਤ ਸਿੰਘ ਜੀ ਸੋ ਅਸੀਂ ਗੱਲ ਕਰ ਰਹੇ ਸੀ ਤੁਸੀਂ ਖਜ਼ਾਨਾ ਖਾਲੀ ਦੀ ਗੱਲ ਕਰ ਰਹੇ ਸੀ ਔਰ ਬਿਲਕੁਲ ਠੀਕ ਆ ਜਿਹੜੇ ਅਕਾਲੀਆਂ ਨੇ ਕਿਹਾ ਕਿ ਖਜ਼ਾਨਾ ਖਾਲੀ ਹੋ ਹੀ ਗਿਆ ਜਦੋਂ ਇੰਨੇ ਜ਼ਿਆਦਾ ਮੁੱਖ ਮੰਤਰੀ ਸਾਹਿਬ ਦੇ ਹੈਲੀਕਾਪਟਰ ਦੇ ਖਰਚੇ ਉਹਨਾਂ ਦੇ ਸਰਕਾਰਾਂ ਦੇ ਖਰਚੇ ਤੇ ਉਹ ਖਜ਼ਾਨਾ ਤੇ ਵੱਡੇ ਵੱਡੇ ਖਾਲੀ ਹੋ ਜਾਂਦੇ ਪਰ ਨੀਅਤ ਬੜੀ ਵੱਡੀ ਚੀਜ਼ ਆ ਜੇ ਨੀਅਤ ਸਾਫ਼ ਆ ਅੱਜ ਦਿੱਲੀ ਦਾ ਸਿਸਟਮ ਤੁਸੀਂ ਦੇਖ ਰਹੇ ਹੋ ਵਾਟਰ ਦਾ ਰੇਟ ਘਟਾ ਕੇ ਪਾਣੀ ਦਾ ਰੇਟ ਘਟਾ ਕੇ ਪਰ ਵਾਟਰ ਡਿਪਾਰਟਮੈਂਟ ਪ੍ਰੋਫਿਟ 'ਚ ਜਾ ਰਿਹਾ ਜਿਹੜਾ ਦਿੱਲੀ ਦਾ ਬਜਟ ਆ ਉਹ ਸਰਪਲਸ 'ਚ ਜਾ ਰਿਹਾ ਸਕੂਲ ਉੱਥੇ ਬੈਸਟ ਬਹੁਤ ਵਧੀਆ ਵਰਲਡ ਕਲਾਸ ਬਣ ਰਹੇ ਨੇ ਮੈਡੀਕਲ ਫੈਸਿਲਿਟੀਜ਼ ਬਹੁਤ ਵਧੀਆ ਬਣ ਰਹੀਆਂ ਨੇ ਉਹਦੇ ਪਿੱਛੇ ਸਿਰਫ ਤੇ ਸਿਰਫ ਠੀਕ ਆ ਪਿਛਲੀਆਂ ਘਟਨਾਵਾਂ ਦਾ ਸਾਨੂੰ ਦੁੱਖ ਲੱਗਾ ਹੈ ਜੋ ਆਮ ਆਦਮੀ ਪਾਰਟੀ ਨੇ ਪੰਜਾਬ ਯੂਨਿਟ ਦੇ ਨਾਲ ਥੋੜਾ ਜਿਹਾ ਜੋ ਮੇਰੇ ਖਿਆਲ 'ਚ ਧੱਕਾ ਕੀਤਾ ਹੈ ਪਰ ਜੇ ਤੁਸੀਂ ਵੇਖੋ ਜੇ ਨੀਤ ਸਾਫ਼ ਹੋਵੇ ਤੇ ਕਿਸ ਤਰ੍ਹਾਂ ਕਾਇਆ ਕਲਪ ਚੇਂਜ ਕੀਤੀ ਜਾਂਦੀ ਆ ਉਹ ਕਿਸ ਤਰ੍ਹਾਂ ਜੇ ਸਰਕਾਰੀ ਸਕੂਲ ਉੱਥੇ ਇੰਨੇ ਵਧੀਆ ਹੋ ਸਕਦੇ ਨੇ ਤੇ ਪੰਜਾਬ ਦੇ ਸਰਕਾਰੀ ਸਕੂਲ ਵੀ ਵਧੀਆ ਹੋ ਸਕਦੇ ਨੇ ਗੱਲ ਸਿਰਫ ਨੀਤ ਦੀ ਆ ਚੰਗੇ ਨੇਤਾਵਾਂ ਦੀ ਆ ਚਾਹੇ ਅੱਜ ਡਾਕਟਰ ਗਾਂਧੀ ਸਾਡੀ ਫਿਲਹਾਲ ਉਹ ਆਪ ਜੀ ਨੇ ਥੋੜੇ ਨਾਰਾਜ਼ ਨੇ ਜਾਂ ਕਿਸ ਤਰ੍ਹਾਂ ਉਹ ਨਹੀਂ ਚੱਲ ਰਿਹਾ ਤੁਸੀਂ ਉਹਨਾਂ ਦੀ ਪਾਰਲੀਮੈਂਟਰੀ ਕੰਸਟੀਚੁਐਂਸੀ ਜਾ ਕੇ ਦੇਖੋ ਕਿਸ ਤਰ੍ਹਾਂ ਫੰਡ ਯੂਜ਼ ਹੋ ਰਹੇ ਨੇ ਜੇ ਇੱਕ ਸਾਡੇ ਨੇਤਾਵਾਂ ਦੀ ਜੇ ਚੁਣੇ ਹੋਏ ਲੋਕਾਂ ਦੀ ਨੀਤ ਸਾਫ਼ ਹੋਵੇ ਕੀ ਨਹੀਂ ਹੋ ਸਕਦਾ ਜੇ ਅੱਜ ਪੰਜਾਬ 'ਚ ਉੱਥੋਂ ਦੇ ਸਰਕਾਰਾਂ ਨੇ ਆਪਣਾ ਮੈਂ ਨਾਂ ਨਹੀਂ ਲਵਾਂਗਾ ਜਿਹੜੇ ਵੱਡੇ ਉਹਨਾਂ ਦੇ ਬਿਜ਼ਨਸ ਫਲਰਿਸ਼ ਹੋ ਰਹੇ ਨੇ ਜੇ ਪ੍ਰਾਈਵੇਟ ਬੱਸ ਕੰਪਨੀਆਂ ਇੰਨੇ ਫਾਇਦੇ 'ਚ ਜਾ ਸਕਦੀਆਂ ਨੇ ਤਾਂ ਸਰਕਾਰੀ ਕਿਉਂ ਨਹੀਂ ਦਿਮਾਗ ਤੇ ਹੈਗਾ ਇੰਟਲੈਕਟ ਵੀ ਹੈਗਾ ਗਲਤ ਬੰਨੇ ਯੂਜ਼ ਹੋ ਰਿਹਾ ਜੇ ਉਹਨੂੰ ਸਹੀ ਬੰਨੇ ਚੈਨਲ ਕਰਾਂਗੇ ਪੰਜਾਬ ਉਸੇ ਤਰ੍ਹਾਂ ਹੀ ਜੋ ਧਨੀ ਰਾਮ ਚਾਤਰਕ ਨੇ ਗਾਉਂਦਾ ਹੈ ਉਹਦੇ ਕਿਰਤਾਵਾਂ ਦੇ ਮੁਤਾਬਕ ਵਾਲਾ ਹੀ ਪੰਜਾਬ ਬਣ ਸਕਦਾ ਉਹਦੇ 'ਚ ਕੋਈ ਸ਼ੱਕ ਨਹੀਂ ਸਿਰਫ ਨੀਤ ਸਾਫ਼ ਚਾਹੀਦੀ ਨੀਅਤ ਸਾਫ਼ ਦੀ ਲੋੜ ਹੈਗੀ ਹੈ ਔਰ ਨੀਅਤ ਕਿਸ ਤਰੀਕੇ ਨਾਲ ਸਾਫ਼ ਹੋ ਸਕਦੀ ਹੈ ਇਹ ਵੀ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਬਜ਼ੁਰਗ ਉੱਥੋਂ ਦੀ ਆ ਕੇ ਵਸੇ ਨੇ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਅਗਰ ਇਹ ਕਰ ਲਈਏ ਨਾ ਅਸੀਂ ਤਾਂ ਸ਼ਾਇਦ ਜਿਹੜੇ ਹੈ ਉਹ ਕੰਮ ਪੂਰੇ ਹੋ ਸਕਦੇ ਹਨ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤ੍ਰਿਲੋਕ ਸਿੰਘ ਜੀ ਹੋਰਾਂ ਤੋਂ ਕਿ ਉਹ ਕਿਸ ਤਰੀਕੇ ਦਾ ਪੰਜਾਬ ਔਰ ਕਿਸ ਤਰੀਕੇ ਦਾ ਭਵਿੱਖ ਚਾਹੁੰਦੇ ਨੇ ਪੰਜਾਬ ਨੇਤਿਆਂ ਦੇ ਹਵਾਲੇ ਹੈ ਜੀ ਅਗਰ ਉੱਥੇ ਦੇ ਨੇਤੇ ਸੱਚੇ ਦਿਲ ਦੇ ਨਾਲ ਸੱਚਾਈ ਦੇ ਨਾਲ ਆਪਣਾ ਕੁਛ ਨਾ ਲਾਲਚ ਦੇਖਦੇ ਹੋਏ ਕੁਛ ਕਰਨਗੇ ਜਿਸ ਵਿੱਚ ਉਹ ਸਭ ਤੋਂ ਪਹਿਲੇ ਜਵਾਨਾਂ ਵੱਲ ਉਹਨਾਂ ਦੀ ਐਜੂਕੇਸ਼ਨ ਵੱਲ ਫਾਰਮਰਸ ਵੱਲ ਉਹਨਾਂ ਦੀ ਖੇਤੀਬਾੜੀ ਵੱਲ ਉਹਨਾਂ ਦੀ ਫਾਈਨੈਂਸ਼ੀਅਲੀ ਪੋਜੀਸ਼ਨ ਵੱਲ ਔਰ ਜਿਹੜਾ ਦਰਿਆ ਦੇ ਪਾਣੀ ਗੰਦੇ ਆ ਰਹੇ ਨੇ ਉਹਨਾਂ ਵੱਲ ਅਗਰ ਧਿਆਨ ਨਹੀਂ ਦੇਣਗੇ ਤੇ ਫਿਰ ਤੇ ਹਰ ਇੱਕ ਕੰਮ ਮੁਸ਼ਕਿਲ ਹੋ ਜਾਏਗਾ ਅਗਰ ਕੋਈ ਅਟਲ ਹੋ ਕੇ ਬਿਲਕੁਲ ਇਹਨਾਂ ਸਮੱਸਿਆਵਾਂ ਨੂੰ ਦੂਰ ਕਰੇਗਾ ਤੇ ਪੰਜਾਬ ਦਾ ਵੀ ਭਵਿੱਖ ਬਦਲ ਜਾਏਗਾ ਜਿੱਥੇ ਬੱਚੇ ਜਵਾਨ ਬਦਲ ਗਏ ਉੱਥੇ ਉਹਨਾਂ ਦੇ ਮਾਂ ਪਿਓ ਵੀ ਸੁਖੀ ਹੋ ਗਏ ਭੈਣਾਂ ਭਰਾ ਵੀ ਸੁਖੀ ਹੋ ਗਏ ਔਰ ਹਰ ਇੱਕ ਤਰ੍ਹਾਂ ਦੀ ਖੁਸ਼ਹਾਲੀ ਘਰ ਵਿੱਚ ਆਏਗੀ ਖੁਸ਼ਹਾਲੀ ਆ ਸਕਦੀ ਹੈ ਕਿ ਜੇਕਰ ਸਾਡੇ ਸਿਆਸਤਦਾਨ ਜਿਹੜੇ ਨੇ ਉਹ ਫਿਕਰਮੰਦ ਹੋ ਜਾਣ ਥੋੜ੍ਹਾ ਜਿਹਾ ਸੋਚ ਲੈਣ ਤਾਂ ਇਹ ਖੁਸ਼ਹਾਲੀ ਆ ਸਕਦੀ ਹੈ ਜਿਸ ਤਰੀਕੇ ਦੀ ਗੱਲ ਮੈਨੂੰ ਦੱਸੀ ਕਿ
33 ਸਾਲਾਂ ਤੋਂ ਹਜੇ ਵੀ ਉਹਨਾਂ ਨੂੰ ਆਸ ਹੈਗੀ ਹੈ। ਇਹਨਾਂ ਨੇ ਮੈਨੂੰ ਕਿਹਾ ਕਿ ਹਰਕੀਰਤ ਮੈਂ ਸਭ ਤੋਂ ਪਹਿਲਾ ਬੰਦਾ ਹੋਵਾਂਗਾ ਜੇਕਰ ਇਹਨਾਂ ਗੱਲਾਂ ਦੇ ਉੱਤੇ ਮੈਨੂੰ ਇਨਸਾਫ਼ ਮਿਲ ਜਾਵੇ ਔਰ ਜੇਕਰ ਪੰਜਾਬ ਦਾ ਔਰ ਸਾਡੇ ਭਾਰਤ ਦਾ ਜਿਹੜਾ ਭਵਿੱਖ ਹੈ ਉਹ ਸੁਨਹਿਰਾ ਹੋ ਜਾਵੇ ਤਾਂ ਆਈ ਵਿਲ ਬੀ ਦਾ ਫਸਟ ਹੂ ਵਿਲ ਗੋ ਟੂ ਇੰਡੀਆ ਐਂਡ ਵਿਲ ਐਂਡ ਲਿਵ ਦੇਅਰ ਐਂਡ ਜਿਹੜੀ ਜ਼ਿੰਦਗੀ ਆ ਉਹ ਜਾ ਕੇ ਹੋਰ ਕਹਿ ਰਹੇ ਨੇ ਕਿ ਮੈਂ ਨਹੀਂ ਰਹਿਣਾ ਅਮਰੀਕਾ ਦੇ ਵਿੱਚ, ਮੈਂ ਸਿਰਫ ਆਪਣੇ ਦਰਦਾਂ ਨੂੰ ਅੱਜ ਵੀ ਸਮੇਟ ਕੇ ਬੈਠਿਆ ਹੋਇਆ, ਅੱਜ ਵੀ ਜੇਕਰ ਮੈਨੂੰ ਉੱਥੇ ਭਵਿੱਖ ਸੁਨਹਿਰਾ ਦਿਸ ਜਾਵੇ ਤਾਂ ਮੈਂ ਜ਼ਰੂਰ ਜਾ ਕੇ ਉੱਥੇ ਵਸਾਂਗਾ। ਅੱਜ ਵੀ ਮੇਰਾ ਮਨ ਹੈਗਾ ਕਿ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਾਂ, ਅੱਜ ਵੀ ਮੇਰਾ ਮਨ ਹੈਗਾ ਕਿ ਮੈਂ ਉਸ ਸੱਥ ਦੇ ਵਿੱਚ ਜਾ ਕੇ ਬੈਠਾਂ ਜਿੱਥੇ ਮੈਂ ਆਪਣੇ ਦੋਸਤਾਂ ਯਾਰਾਂ ਦੇ ਨਾਲ ਹਸੀ ਮਜ਼ਾਕ ਕਰਦਾ ਸੀਗਾ। ਅੱਜ ਵੀ ਇਹਨਾਂ ਦਾ ਮਨ ਹੈਗਾ ਕਿ ਜਿਹੜੇ ਮਿੱਤਰ ਮੇਰੇ ਨਾਲ ਕੰਮ ਕਰਦੇ ਸੀਗੇ ਅੱਜ ਵੀ ਮੈਂ ਉਹਨਾਂ ਦੇ ਜਾ ਕੇ ਉਹਨਾਂ ਦੇ ਨਾਲ ਵਿਸਰਾਂ, ਲੇਕਿਨ ਕਿਸ ਤਰੀਕੇ ਨਾਲ ਵਿਸਰਾਂ, ਮੈਂ ਮਜਬੂਰ ਹੋ ਗਿਆ। ਕਹਿੰਦੇ ਕਿ ਮੇਰੇ ਹੁਣ ਫੈਮਿਲੀ ਇੱਥੇ ਆ ਚੁੱਕੀ ਹੈ, ਮੇਰੇ ਜਿਹੜੇ ਹੁਣ ਪੋਤੇ ਨੇ ਜਿਹੜੇ ਮੇਰੀ ਪੋਤੀਆਂ ਨੇ ਉਹਨਾਂ ਨੂੰ ਜਿਹੜਾ ਭਵਿੱਖ ਹੈ ਉਹ ਇੱਥੇ ਸੁਨਹਿਰਾ ਮਿਲ ਰਿਹਾ। ਇਹ ਕੀ ਕਾਰਨ ਤੁਹਾਨੂੰ ਲੱਗਦਾ ਕਿ ਤੁਸੀਂ ਵੀ ਪੰਜਾਬ ਛੱਡ ਕੇ ਇੱਥੇ ਆਏ ਅੱਜ ਵੀ, ਲੇਕਿਨ ਤੁਹਾਨੂੰ ਉਮੀਦਾਂ ਨੇ ਔਰ ਤੁਸੀਂ ਅੱਜ ਕੀਮਤੀ ਸਮਾਂ ਕੱਢ ਕੇ ਸਿਰਫ ਪੰਜਾਬ ਦੇ ਭਵਿੱਖ ਦੇ ਲਈ ਮੇਰੇ ਨਾਲ ਆ ਕੇ ਬੈਠੇ ਹੋ, ਮੁੱਦਾ ਵੀ ਕਰ ਰਹੇ ਹੋ, ਕਿਉਂਕਿ ਲੱਗਦਾ ਕਿਤੇ ਨਾ ਕਿਤੇ ਉਹ ਦਰਦ ਤੁਹਾਡੇ ਅੰਦਰ ਵੀ ਹੈਗਾ, ਤੁਸੀਂ ਵੀ ਪੰਜਾਬ ਛੱਡ ਕੇ ਆਏ। ਕੀ ਕਾਰਨ ਰਿਹਾ ਕਿ ਛੱਡਣਾ ਪੈ ਗਿਆ ਤੁਹਾਨੂੰ ਪੰਜਾਬ? ਦੇਖੋ ਜੀ, ਮੈਂ ਜੋ ਸਰਦਾਰ ਤਰਲੋਕ ਸਿੰਘ ਜੀ ਨੇ ਦੱਸਿਆ ਉਹਨਾਂ ਨੇ ਤਾਂ ਇਹ ਦਰਦ ਆਪਣੇ ਪਿੰਡੇ 'ਤੇ ਹੰਡਾਇਆ। ਮੈਂ ਤਾਂ ਇੱਥੇ ਅਮਰੀਕਾ ਦਾ ਮੇਨ ਆਉਣ ਦਾ ਕਾਰਨ ਸੀ ਆਪਣੇ ਇੰਜੀਨੀਅਰਿੰਗ ਖਤਮ ਕਰਕੇ ਆਪਣੇ ਸੁਨਹਿਰੇ ਭਵਿੱਖ ਵਾ, ਪਰ ਅਸੀਂ ਹਮੇਸ਼ਾ ਹੀ ਜੇ ਕਹੀਏ ਜੁੜੇ ਰਹਿੰਦੇ ਹਾਂ ਪੰਜਾਬ ਨਾਲ। ਜੇ ਉੱਥੋਂ ਦੇ ਮਸਲੇ ਸਾਨੂੰ ਅੱਜ ਵੀ ਲੱਗਦਾ ਹੈ ਕਿ ਉਹ ਘਰ ਛੱਡ ਕੇ ਆਏ ਹਾਂ ਉਹ ਸਾਡੇ ਮਸਲੇ ਨੇ, ਅਸੀਂ ਉਹ ਮਸਲਿਆਂ ਨੂੰ ਓਪਰਾ ਨਹੀਂ ਕਰ ਸਕਦੇ। ਸੋ ਉਹਨਾਂ ਮਸਲਿਆਂ ਦੇ ਨਾਲ ਜੁੜੇ ਰਹਿੰਦੇ ਹਾਂ ਤਾਂ ਹਮੇਸ਼ਾ ਇੱਕ ਆਸ ਦੀ ਕਿਰਨ ਲੱਭਦੇ ਹਾਂ, ਚਾਹੇ ਉਹ ਆਸ ਦੀ ਕਿਰਨ ਸਾਨੂੰ ਮਨਪ੍ਰੀਤ ਬਾਦਲ ਵੱਲੋਂ ਨਜ਼ਰ ਆਈ ਸੀ ਕਿਸੇ ਵੇਲੇ, ਜਾਂ ਇਸ ਵੇਲੇ ਆਮ ਆਦਮੀ ਪਾਰਟੀ ਤੋਂ ਤੇ ਬਹੁਤ ਵੱਡੀਆਂ ਉਮੀਦਾਂ ਨੇ। ਸੋ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਫੇਰ ਉੱਥੇ ਖੁਸ਼ਹਾਲੀ ਆਵੇ, ਉੱਥੇ ਜਿਹੜੇ ਜੇ ਲੀਡਰਾਂ ਦੇ ਬਿਜ਼ਨਸ ਫਲਰਿਸ਼ ਕਰ ਸਕਦੇ ਨੇ ਤੇ ਆਮ ਆਦਮੀ ਦਾ ਬਿਜ਼ਨਸ ਵੀ ਚੱਲੇ। ਜਿਹੜਾ ਫਾਰਮਰ ਆ, ਜੇ ਉਹ ਪਹਿਲਾਂ ਧਨੀ ਰਾਮ ਚਾਤਰਕ ਦੀਆਂ ਕਵਿਤਾਵਾਂ ਵਾਂਗੂ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ, ਜੇ ਪਹਿਲਾਂ ਖੁਸ਼ਹਾਲ ਸੀ, ਉਹ ਜੇ ਆਪਾਂ ਸਵਾਮੀਨਾਥਨ ਰਿਪੋਰਟ ਦੀ ਗੱਲ ਕਰੀਏ ਜਾਂ ਕਿਸ ਤਰ੍ਹਾਂ ਵੀ ਉਹ ਮੁੱਦੇ ਹੱਲ ਕੀਤੇ ਜਾਣ। ਇਹ ਗੱਲ ਨਹੀਂ ਕਿ ਪੰਜਾਬ ਦੇ ਮਸਲੇ ਨਹੀਂ ਹੱਲ ਕੀਤੇ, ਇੱਥੇ ਕੈਂਸਰ ਰੋਕੋ ਸੰਸਥਾ ਜਿਹੜੀ ਆ, ਜੇ ਉਹ ਜਾ ਕੇ ਕੈਂਸਰ ਦੇ ਖਾਤਮੇ ਲਈ ਇੰਨਾ ਕੰਮ ਕਰ ਸਕਦੀ ਆ, ਅਰਲੀ ਡਿਟੈਕਸ਼ਨ 'ਤੇ ਇੰਨਾ ਕਰ ਸਕਦੀ ਹੈ, ਅਤੇ ਸਰਕਾਰਾਂ ਜਿਨ੍ਹਾਂ ਦੇ ਕੋਲ ਇੰਨਾ ਜ਼ਿਆਦਾ ਰਿਸੋਰਸਿਸ ਨੇ, ਉਹ ਕਿਉਂ ਨਹੀਂ ਕਰ ਸਕਦੇ? ਸਿਰਫ ਤੇ ਮੈਂ ਮੈਨੂੰ ਇਸ ਗੱਲ ਤੋਂ ਇੱਕ ਅਮਨਪ੍ਰੀਤ ਸਿੰਘ ਜੀ ਗੱਲ ਹੋਰ ਵੀ ਮੈਨੂੰ ਚੇਤੇ ਆਉਂਦੀ ਹੈ। ਤੁਸੀਂ ਕੈਂਸਰ ਰੋਕੋ ਦੀ ਗੱਲ ਕੀਤੀ, ਅਜਿਹੀਆਂ ਹੋਰ ਵੀ ਕਈ ਸੰਸਥਾਵਾਂ ਹਨ, ਜਮਾਤਾਂ ਹਨ ਜੋ ਕਿ ਚਾਹੁੰਦੀਆਂ ਹਨ ਕਿ ਜਿਹੜੇ ਮਸਲੇ ਨੇ ਉਹ ਸੋਲਵ ਹੋਣ। ਤੁਹਾਨੂੰ ਲੱਗਦਾ ਕਿ ਜਿਹੜਾ ਫੰਡ ਹੈ ਉਹਨਾਂ ਨੂੰ ਮੁਹੱਈਆ ਕਰਾਇਆ ਜਾਂਦਾ, ਕਿਉਂਕਿ ਵੱਖ ਵੱਖ ਉਹ ਸੰਸਥਾਵਾਂ ਨੇ ਜਿਹੜੀਆਂ ਫੰਡਸ ਦੇ ਉੱਤੇ ਚੱਲਦੀਆਂ ਨੇ, ਔਰ ਜਿਹੜਾ ਫੰਡ ਹੈ ਉਹ ਵੀ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਤੋਂ ਉਹ ਲੈਂਦੀਆਂ ਹਨ, ਅਤੇ ਕਈ ਅਜਿਹੀਆਂ ਵੀ ਸੰਸਥਾ ਹਨ ਲੇਕਿਨ ਉਸ ਪੰਜਾਬ ਦੇ ਭਵਿੱਖ ਨੂੰ ਸੁਨਹਿਰਾ ਕਰਨ ਦੇ ਲਈ ਫੰਡ ਤਾਂ ਲੈ ਰਹੀਆਂ ਹਨ, ਲੇਕਿਨ ਉਹ ਫੰਡ ਜਿਹੜਾ ਉਹ ਉਸਦੀ ਇਸਤੇਮਾਲ ਸਹੀ ਜਗ੍ਹਾ 'ਤੇ ਨਹੀਂ ਹੋ ਪਾ ਰਿਹਾ। ਉਹ ਕੀ ਕਹਿਣਾ ਚਾਹੋਗੇ ਸਾਡੇ ਵਿਊਅਰਸ ਨੂੰ? ਮੈਂ ਚਾਹੁੰਦਾ ਕਿ ਉਹ ਵੀ ਅੱਖਾਂ ਖੁੱਲ੍ਹਣ ਕਿ ਅਸੀਂ ਬਿਲਕੁਲ ਇਮੋਸ਼ਨਲ ਹੋ ਕੇ ਆਪਣੇ ਫੰਡਸ ਜਿਹੜੇ ਨੇ, ਆਪਣੀ ਜਿਹੜੀ ਦਸਾਂ ਨੌਵਾਂ ਦੀ ਕਮਾਈ ਹੈ ਉਹ ਲਾ ਦਿੰਦੇ ਹਾਂ ਕਿ ਚਲੋ ਯਾਰ ਇਹ ਉਸ ਪਾਸੇ ਜਾ ਰਿਹਾ, ਬਟ ਐਂਡ ਆਫ ਦਾ ਡੇ ਉਹ ਯੂਟੀਲਾਈਜ਼ ਨਹੀਂ ਹੁੰਦਾ। ਅਤੇ ਅਸੀਂ ਹਮੇਸ਼ਾ ਆਪਣੇ ਦਰਸ਼ਕਾਂ ਨੂੰ ਵੀ ਇਹ ਅਪੀਲ ਕਰਦੇ ਹੁੰਦੇ ਹਾਂ ਕਿ ਆਪਣੇ ਫੰਡਸ ਨੂੰ ਤੁਸੀਂ ਵੇਖ ਕੇ ਸਹੀ ਤਰੀਕੇ ਨਾਲ ਕਿ ਵਾਕਈ ਹੀ ਗਰਾਊਂਡ ਲੈਵਲ 'ਤੇ ਤੁਹਾਡੇ ਜਿਹੜੇ ਪੈਸੇ ਭੇਜ ਰਹੇ ਹੋ, ਜਿਹੜੇ ਤੁਸੀਂ ਯੂਰੋਸ ਭੇਜ ਰਹੇ ਹੋ, ਜਿਹੜੇ ਤੁਸੀਂ ਪਾਊਂਡਸ ਭੇਜ ਰਹੇ ਹੋ, ਜਿਹੜੇ ਡੋਲਰ ਅਸੀਂ ਭੇਜ ਰਹੇ ਹਾਂ, ਕੀ ਉਹ ਵਾਕਈ ਉੱਥੇ ਯੂਟੀਲਾਈਜ਼ ਹੋ ਰਹੇ ਨੇ? ਨਹੀਂ ਹੋ ਰਹੇ। ਵੱਖ ਵੱਖ ਸੰਸਥਾਵਾਂ ਨੇ ਔਨ ਦੀ ਨੇਮ ਆਫ ਦਿਸ ਇਸ਼ੂਜ਼ ਦੇ ਆਰ ਟੇਕਿੰਗ ਮਨੀ ਫਰੋਮ ਯੂ, ਬਟ ਐਂਡ ਆਫ ਦਾ ਡੇ ਦੇਰ ਇਜ਼ ਨੋ, ਯੂ ਕੈਨ ਸੀ ਯੂ ਨੋ ਔਨ ਗਰਾਊਂਡ ਲੈਵਲ ਦੇਰ ਇਜ਼ ਨੋ ਵਰਕ ਡਨ ਬਾਏ ਦੈਮ, ਔਰ ਉਹ ਸਿਰਫ ਜੇਬਾਂ ਆਪਣੀਆਂ ਭਰ ਰਹੀਆਂ ਹਨ। ਤੁਹਾਨੂੰ ਕੀ ਲੱਗਦਾ? ਨਹੀਂ, ਹੋ ਸਕਦਾ ਜੀ ਕੁਛ ਸੰਸਥਾਵਾਂ, ਮੈਂ ਜਿਹੜੀਆਂ ਦੋ ਤਿੰਨ ਸੰਸਥਾਵਾਂ ਨੂੰ ਥੋੜ੍ਹਾ ਜਿਹਾ ਕੁਛ ਲੋਕਾਂ ਨੂੰ ਨੇੜਿਓਂ ਵੇਖਿਆ, ਕਾਫੀ ਮਦਦ ਕਰ ਵੀ ਰਹੇ ਨੇ। ਮਿਸਟਰ ਧਾਲੀਵਾਲ ਨੇ ਕੈਂਸਰ ਰੋਕੋ ਸੰਸਥਾ ਦੇ ਪਿੰਡ ਪਿੰਡ ਬੱਸਾਂ ਲੈ ਕੇ ਜਾ ਰਹੇ ਨੇ, ਜਿੱਥੋਂ ਤੱਕ ਮੇਰੀ ਨੌਲੇਜ ਆ ਉਹ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਨੇ ਅੱਜ। ਲੇਕਿਨ ਮੈਂ ਹਮੇਸ਼ਾ ਕਹਿਣਾ ਔਰ ਅਜਿਹੇ ਲੋਕਾਂ ਦਾ ਅਸੀਂ ਵੀ ਬਿਲਕੁਲ ਵੈਲਕਮ ਕਰਦੇ ਹਾਂ। ਕੁਲਵੰਤ ਸਿੰਘ ਧਾਲੀਵਾਲ ਅੱਜ ਸਾਡੇ ਨਾਲ ਜੁੜਨਗੇ ਸਟੂਡੀਓ ਦੇ ਵਿੱਚ, ਅੱਜ ਦੇ ਮੁੱਦੇ ਦੇ ਵਿੱਚ ਨਾਰਥ ਅਮਰੀਕਾ ਦੇ ਵਿੱਚ ਨਿਊਯਾਰਕ ਆਏ ਹੋਏ ਨੇ, ਸੋ ਵੀ ਵਿਲ ਡੈਫੀਨੇਟਲੀ ਟੇਕ ਹਿਜ਼ ਵਿਊਜ਼ ਐਂਡ ਵਟ ਕਾਇੰਡ ਆਫ ਥਿੰਗਸ ਹੀ ਵਾਂਟ ਟੂ ਡਿਲੀਵਰ ਟੂ ਦੀ ਸੋਸਾਇਟੀ, ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਔਰ ਕਰ ਵੀ ਰਹੇ ਨੇ। ਅਤੇ ਲੇਕਿਨ ਉਹ ਦਿਖ ਜਾਂਦਾ ਕੰਮ,
ਤੇ ਕਹਿਣ ਦਾ ਭਾਵ ਹੈ ਕਿ ਜੇਕਰ ਤੁਹਾਨੂੰ ਲੱਗਦਾ ਕਿ ਵਾਕਈ ਇਹ ਕੰਮ ਕਰ ਰਿਹਾ ਤਾਂ ਤੁਸੀਂ ਪੂਰੀ ਸਪੋਰਟ ਕਰੋ, ਉਹਦੀ ਹਿਮਾਇਤ ਕਰੋ, ਲੇਕਿਨ ਉਹਨਾਂ ਚੀਜ਼ਾਂ ਤੋਂ ਬਖਸ਼ੋ ਜੋ ਉਹਨਾਂ ਚੀਜ਼ਾਂ ਤੋਂ ਬਚੋ ਜੋ ਕਿ ਤੁਹਾਨੂੰ ਵਾਕਈ ਹੀ ਸਿਰਫ ਤੁਹਾਡੀ ਇਮੋਸ਼ਨਲ ਫੈਕਟਰਸ ਨਾਲ ਖੇਲ ਰਹੀਆਂ ਹਨ। ਸਾਡੀ ਮੀਡੀਆ ਦੇ ਵਿੱਚ ਨੇ, ਸਾਡੇ ਮੀਡੀਆ ਦੇ ਵਿੱਚ ਮੈਂ ਇੱਕ ਨਾਮ ਹੀ ਲਵਾਂਗਾ ਕਿਸੇ ਵੀ ਚੈਨਲ ਹਾਊਸ ਦਾ, ਔਰ ਲੇਕਿਨ ਉਹ ਸਕਰੋਲ ਚਲਾਉਂਦੇ ਨੇ ਕਿ ਵੀ ਵਾਂਟ ਡੋਨੇਸ਼ਨ, ਵੀ ਆਰ ਡੂਇੰਗ ਫੋਰ ਸਿੱਖੀ ਐਂਡ ਵੀ ਆਰ ਡੂਇੰਗ ਥਿੰਗਸ ਫੋਰ ਸਿੱਖੀ, ਬਟ ਤੁਸੀਂ ਵੇਖਿਆ ਹੋਣਾ ਕਿ ਜਸਟ ਬ੍ਰੋਡਕਾਸਟਿੰਗ ਦੇ ਨੈਵਰ ਆਸਕ ਫੋਰ ਮਨੀ, ਵੀ ਆਰ ਡੂਇੰਗ ਵਰਕ ਔਨ ਗਰਾਊਂਡ ਲੈਵਲ, ਔਰ ਇਹੀ ਸਾਡੀ ਟੀਮ ਹੈ ਜੋ ਕਿ ਗਰਾਊਂਡ ਲੈਵਲ 'ਤੇ ਜਾ ਕੇ ਕੰਮ ਕਰ ਰਹੀ ਹੈ, ਐਂਡ ਵੀ ਨੈਵਰ ਸੇ ਕਿ ਸਾਨੂੰ ਤੁਸੀਂ ਡੋਨੇਟ ਕਰੋ, ਔਰ ਅਸੀਂ ਜ਼ਿੰਦਗੀ ਭਰ ਇਸ ਗੱਲ ਨੂੰ ਅਮਲੀ ਜਾਮਾ ਅਪਣਾਵਾਂਗੇ, ਵੀ ਜ਼ਿੰਦਗੀ ਭਰ ਨਹੀਂ ਇਸ ਗੱਲ ਨੂੰ ਅਸੀਂ ਕਵਾਂਗੇ ਕਿ ਸਾਨੂੰ ਡੋਨੇਟ ਕਰੋ। ਔਰ ਮੈਂ ਸਿਰਫ ਚਾਹੁੰਦਾ ਕਿ ਇੱਕ ਅਵੇਅਰਨੈਸ ਹੈ ਉਹ ਪੈਦਾ ਹੋਏ, ਔਰ ਤੁਸੀਂ ਵੀ ਉਹਨਾਂ ਗੱਲਾਂ ਤੋਂ ਜ਼ਰੂਰ ਬਚੋ। ਜੀ ਅਮਨਪ੍ਰੀਤ ਸਿੰਘ ਜੀ, ਨਹੀਂ ਤੁਸੀਂ ਇਹ ਬਹੁਤ ਚੰਗੀ ਸਲਾਹ ਦਿੱਤੀ ਹੈ ਜੀ, ਇੱਥੇ ਵੀ ਕਹਿੰਦੇ ਟਰੱਸਟ ਬਟ ਵੈਰੀਫਾਈ ਜੀ, ਜੇ ਦਾਨ ਕਰਨਾ ਹੈ ਤਾਂ ਅੱਖਾਂ ਖੋਲ ਕੇ ਦੇਖੋ ਤੁਸੀਂ। ਅਸੀਂ ਪੰਜਾਬੀ ਕਮਿਊਨਿਟੀ, ਅਸੀਂ ਇੱਕ ਬੜੇ ਇਮੋਸ਼ਨਲ ਲੋਕ ਹਾਂ, ਮਤਲਬ ਅਸੀਂ ਭਾਵਕ ਹੋ ਜਾਂਦੇ ਹਾਂ, ਔਰ ਇਸ ਚੀਜ਼ ਨੂੰ ਤੁਸੀਂ ਵੀਕਨੈਸ ਵੀ ਕਹਿ ਸਕਦੇ ਹੋ, ਸਟਰੈਂਥ ਵੀ ਆ ਮੇਰੇ ਮੁਤਾਬਕ ਤੇ। ਸੋ ਜੇ ਤੁਹਾਨੂੰ ਪ੍ਰਮਾਤਮਾ ਨੇ ਇਸ ਕਾਬਲ ਬਣਾਇਆ ਕਿ ਜੇ ਤੁਸੀਂ ਪਿੱਛੋਂ ਆਪਣੇ ਪੰਜਾਬ ਦਾ, ਆਪਣੇ ਪਿੰਡ ਦਾ, ਮੁਹੱਲੇ ਦਾ, ਸਕੂਲ ਦਾ ਕੁਛ ਵੀ ਸਵਾਰ ਸਕਦੇ ਹੋ, ਜ਼ਰੂਰ ਸਵਾਰੋ, ਉੱਥੋਂ ਦੇ ਲੋਕਾਂ ਦੀ ਮਦਦ ਕਰੋ। ਪਰ ਹਾਂ, ਜਿਵੇਂ ਇਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਹੈ, ਪਰ ਅੱਖਾਂ ਖੋਲ ਕੇ ਇਹ ਵੇਖੋ ਵੀ ਉਹ ਸਹੀ ਜਗ੍ਹਾ ਤੇ ਲੱਗ ਜ਼ਰੂਰ ਰਿਹਾ। ਜਿਹੜੀਆਂ ਚੰਗੀਆਂ ਸੰਸਥਾਵਾਂ ਨੇ, ਸਰਬੱਤ ਦਾ ਭਲਾ ਟਰੱਸਟ ਨੇ, ਸਰਦਾਰ ਓਬਰਾਏ, ਡਾਕਟਰ ਓਬਰਾਏ ਚਲਾ ਰਹੇ ਨੇ, ਜਿਨ੍ਹਾਂ ਬਾਰੇ ਅਗੇਨ ਮੈਂ ਕੋਈ ਉਹਨਾਂ ਦੇ ਵਿੱਚ ਨਾ ਮੈਂਬਰ ਹਾਂ ਨਾ ਇਨਵੋਲਵ ਹਾਂ, ਸਰਦਾਰ ਕੁਲਵੰਤ ਸਿੰਘ ਧਾਲੀਵਾਲ ਜਿਹੜੇ ਗਰਾਊਂਡ ਲੈਵਲ ਤੇ ਕੰਮ ਕਰ ਰਹੇ, ਇਹੋ ਜਿਹੀਆਂ ਸੰਸਥਾਵਾਂ ਦਾ ਜ਼ਰੂਰ ਸਾਥ ਦਿਓ। ਇਹੋ ਹੀ ਮੇਰਾ ਖਿਆਲ ਬਾਬੇ ਨਾਨਕ ਦਾ ਮੈਸੇਜ ਆ ਜਦੋਂ ਕਹਿੰਦੇ। ਬਿਲਕੁਲ, ਔਰ ਜੇਕਰ ਤੁਸੀਂ ਵਾਕਈ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਹੋ ਤਾਂ ਤੁਹਾਡੇ ਲਈ ਜਸ ਬ੍ਰੋਡਕਾਸਟਿੰਗ ਵੀ ਬਣਿਆ ਹੋਇਆ, ਇਹ ਚੈਨਲ ਤੁਹਾਡੇ ਹੀ ਲਈ ਬਣਾਇਆ ਗਿਆ ਕਿ ਜੇਕਰ ਤੁਸੀਂ ਵਾਕਈ ਹੀ ਗਰਾਊਂਡ ਲੈਵਲ ਤੇ ਜਾ ਕੇ ਇੰਪਲੀਮੈਂਟ ਕਰ ਰਹੇ ਹੋ ਆਪਣੀ ਗੱਲਾਂ ਨੂੰ, ਔਰ ਤੁਹਾਡਾ ਜਿਹੜਾ ਫੰਡਸ ਹੈ ਉਹ ਯੂਜ਼ ਹੋ ਰਿਹਾ, ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਯੂ ਕੈਨ ਰਾਈਟ ਮੀ ਆ ਮੇਲ ਔਨ info@justbroadcasting.com, harkirat@justbroadcasting.com ਦੇ ਉੱਤੇ ਤੁਸੀਂ ਮੈਨੂੰ ਲਿਖ ਕੇ ਭੇਜ ਸਕਦੇ ਹੋ, ਔਰ ਤੁਸੀਂ ਚਾਹੁੰਦੇ ਹੋ ਸਾਡੇ ਚੈਨਲ ਦੇ ਨਾਲ ਜੁੜਨਾ ਤਾਂ ਤੁਸੀਂ ਜੁੜ ਸਕਦੇ ਹੋ। ਵੀ ਵਿਲ ਟਰਾਈ ਟੂ ਡਿਲੀਵਰ ਯੋਰ ਮੈਸੇਜ, ਵੀ ਵਿਲ ਟਰਾਈ ਟੂ ਡਿਲੀਵਰ ਯੋਰ ਥਾਟਸ, ਯੋਰ ਆਈਡੀਓਲੋਜੀ ਟੂ ਆਰ ਵਿਊਅਰਸ। ਵਾਕਈ ਅਗਰ ਤੁਸੀਂ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਹੋ, ਵੀ ਗੋਨਾ ਅਥੈਂਟੀਕੇਟ ਦੈਟ ਐਂਡ ਵੀ ਗੋਨਾ ਸੀ ਯੂ ਆਰ ਡੂਇੰਗ ਗੁੱਡ ਫੋਰ ਦੀ ਸੋਸਾਇਟੀ, ਅਗਰ ਤੁਸੀਂ ਵਾਕਈ ਇਹਨਾਂ ਚੀਜ਼ਾਂ ਨੂੰ ਅਮਲੀ ਜਾਮਾ ਅਪਣਾ ਰਹੇ ਹੋ। ਮੈਂ ਜ਼ਰੂਰ ਸਵਾਲ ਪੁੱਛਣਾ ਚਾਹਾਂਗਾ ਕੁਲਵੰਤ ਸਿੰਘ ਜੀ ਹੋਰਾਂ ਨੂੰ ਕਿ ਜਦ ਤੁਸੀਂ ਵੇਖਿਆ ਆਪਣੀ ਅੱਖਾਂ ਦੇ ਸਾਹਮਣੇ, ਔਰ ਤੁਹਾਨੂੰ ਪਤਾ ਵੀ ਨੇ ਇਹਨਾਂ ਨੇ ਜਿਹੜਾ ਉੱਥੇ ਦਹਿਸ਼ਤ ਸੀਗੀ ਉਹ ਫੈਲਾਈ ਸੀਗੀ ਦਿੱਲੀ ਦੇ ਵਿੱਚ, ਔਰ ਖਾਸ ਤੌਰ 'ਤੇ ਜੇਕਰ ਨਾਮ ਆਉਂਦਾ ਜਗਦੀਸ਼ ਟਾਈਟਲਰ ਦਾ, ਸੱਜਣ ਕੁਮਾਰ ਦਾ, ਤੁਹਾਨੂੰ ਕੀ ਲੱਗਦਾ ਕਿ ਕੌਣ ਇਹਨਾਂ ਨੂੰ ਬਚਾ ਰਿਹਾ, ਕਿਉਂ ਨਹੀਂ ਇਹਨਾਂ ਨੂੰ ਅੱਜ ਤੱਕ ਜਿਹੜੀ ਹੈ ਕੋਈ ਸਜ਼ਾ ਸੁਣਾਈ ਗਈ? ਇਹ ਇਹਨਾਂ ਲੋਕਾਂ ਦਾ ਗਰੁੱਪ ਸੀ ਨੇਤਿਆਂ ਦਾ, ਸੱਜਣ ਕੁਮਾਰ ਹੀ ਨਹੀਂ, ਟਾਈਟਲਰ ਹੈ, ਸੱਜਣ ਕੁਮਾਰ ਹੈ, ਐਚ ਕੇ ਐਲ ਭਗਤ ਹੈ, ਤੇ ਇਹ 4-5 ਬੰਦੇ ਸੀ, ਕਿਉਂਕਿ ਸਾਰਾ ਕੰਮ ਇਹਨਾਂ ਦੀ ਪਲੈਨਿੰਗ ਦੇ ਨਾਲ ਹੋਇਆ। ਮੋਬ ਨੂੰ ਇਹ ਲੋਕ ਗਾਈਡ ਕਰਦੇ ਪਏ ਸੀ, ਕਿਸ ਪਾਸੇ ਕੀ ਕਰਨਾ, ਕਿਸ ਪਾਸੇ ਅਟੈਕ ਕਰਨਾ, ਕਿਹਨੂੰ ਜਲਾਉਣਾ, ਔਰ ਇਮੀਡੀਏਟ ਇੰਸਟਰਕਸ਼ਨ ਵੀ ਦੇਈ ਜਾ ਰਹੇ ਸੀ, ਔਰ ਅੱਖਾਂ ਦੇ ਸਾਹਮਣੇ ਇਹਨਾਂ ਨੇ ਕਤਲ ਹੁੰਦੇ ਵੀ ਦੇਖੇ ਹੈਗੇ ਨੇ, ਕਿਹਨਾਂ ਸਿੱਖਾਂ ਨੂੰ ਮਾਰ ਦਿਓ। ਔਰ ਜਿਵੇਂ ਅਰਜੁਨ ਦਾਸ ਹੈਗਾ ਸੀ, ਉਹਨੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਤੋਂ ਹੀ ਨਾਰਾ, ਬਈ ਮੇਰੀ ਮਾਂ ਕੋ ਮਾਰ ਦਿਆ ਹੈ, ਇਨਕੋ ਮਾਰੋ, ਇਨਕੋ ਛੋੜੋ, ਇਹ ਕਾਇਰ ਹੈ, ਇਹ ਹੈ, ਤੇ ਉੱਥੋਂ ਹੀ ਦੰਗਾ ਫਸਾਦ ਜਿਹੜਾ ਇਹ ਕਹਿੰਦੇ ਹੈਗੇ ਨੇ, ਕਤਲੇਆਮ ਜਿਹੜਾ ਉਹ ਬੜਾ ਕੁੱਟ ਉੱਠਿਆ ਸੀ। ਔਰ ਇਹਨਾਂ ਨੂੰ ਸੇਵ ਕਰਨ ਵਾਲੇ ਅੱਗੇ ਸਾਰੇ ਕਾਂਗਰਸ ਦੇ ਨੇਤਾ ਹੈਗੇ ਨੇ ਉਸ ਵਕਤ ਜਿਹੜੇ ਗੱਦੀਆਂ 'ਚ ਹੈਗੇ ਸੀ। ਤੇ ਮੈਂ ਇਹਨਾਂ ਤੋਂ ਇੱਕੋ ਚੀਜ਼ ਚਾਹੁੰਦਾ ਕਿ ਜਿਹਨਾਂ ਇਨਸਾਨਾਂ ਦੇ ਜਾਨੀ ਨੁਕਸਾਨ ਹੋ ਗਿਆ, ਘਰਾਂ ਦੇ ਬੰਦੇ ਚੱਲੇ ਗਏ ਨੇ, ਉਹਨਾਂ ਨੂੰ ਪ੍ਰੋਪਰ ਮੁਆਵਜ਼ੇ ਦਿੱਤੇ ਜਾਣ, ਤੇ ਜਿਹੜੇ ਨੇਤਿਆਂ ਦੇ ਨਾਂ ਲੈਂਦੇ ਆਈ ਵਿਟਨੈਸ ਜਿਹਨਾਂ ਨੇ ਦੇਖੇ ਹੈਗੇ ਨੇ, ਉਹਨਾਂ ਨੇਤਿਆਂ ਨੂੰ ਅੰਦਰ ਬੰਦ ਕਰਕੇ ਪ੍ਰੋਪਰ ਸਜ਼ਾ ਦਿੱਤੀ ਜਾਏ, ਜਦ ਹੀ ਸਾਰੇ ਸਰਦਾਰ ਭਰਾਵਾਂ ਨੂੰ ਥੋੜੀ ਜਿਹੀ ਸ਼ਾਂਤੀ ਮਿਲੇਗੀ। ਔਰ ਜਿਹਨਾਂ ਦੇ ਕੰਮ ਜਲ ਗਏ, ਕਿਸੇ ਨੇ ਲੋਨ ਲਿਆ, ਕਿਸੇ ਨੇ ਨਹੀਂ ਲਿਆ, ਕਿਸੇ ਨੂੰ ਮਿਲਿਆ ਨਹੀਂ ਮਿਲਿਆ, ਕੰਮ ਤੇ ਮੇਰਾ ਵੀ ਸਾਰਾ ਜਲਾ ਦਿੱਤਾ ਸੀ, ਮੈਂ ਅੱਜ ਤੱਕ ਕੋਈ ਪੈਸਾ ਨਹੀਂ ਇਹਨਾਂ ਕੋਲ ਲਿਆ ਹੈਗਾ, ਨਾ ਮੈਨੂੰ ਜ਼ਰੂਰਤ ਹੈ ਕੋਈ ਲੈਣ ਦੀ। ਲੇਕਿਨ ਜਿਹਨਾਂ ਦੀਆਂ ਜਾਨਾਂ ਚੱਲੀਆਂ ਗਈਆਂ, ਘਰਾਂ ਦੇ ਬੰਦੇ ਕਮਾਉਣ ਵਾਲੇ ਚੱਲੇ ਗਏ, ਉਹਨਾਂ ਨਾਲ ਇਹਨਾਂ ਦੀ ਬੇਰਹਿਮੀ ਬਤੌਰ ਪੇਸ਼ ਆਉਣਾ ਇਹ ਬਿਲਕੁਲ ਨਾਜਾਇਜ਼ ਹੈ। ਔਰ ਫਿਰ ਮੈਂ ਇੱਕ ਗੱਲ ਆਪਣੇ ਮੁਲਕ ਦੇ ਨੇਤਿਆਂ ਨੂੰ ਕਹਾਂਗਾ, ਚਾਹੇ ਕੋਈ ਵੀ ਪਾਰਟੀ ਹੈ, ਕਿਉਂਕਿ ਇਸ ਵਕਤ ਸਾਰੀ ਮਾਇਨੋਰਟੀ ਜਿਹੜੀ ਹੈ ਉਹ ਅਨਸੇਫ ਹੈ, ਆਪਣੇ ਨੂੰ ਸਮਝਦੀ ਹੈ, ਕੋਈ ਕਿੱਧਰ ਨਹੀਂ ਨਿਕਲ ਪਾ ਰਿਹਾ, ਜਿੱਥੇ ਧੀਆਂ ਭੈਣਾਂ ਨਹੀਂ ਸੇਫ ਰਹਿ ਗਈਆਂ ਉੱਥੇ ਮਾਇਨੋਰਟੀ ਕੀ ਕਰੇਗੀ? ਅਗਰ ਇਸ ਤਰਫ਼ ਇਹ ਧਿਆਨ ਨਹੀਂ ਕਰਨਗੇ, ਇੰਜ ਵਰਦਾਤਾਂ ਹੁੰਦੀਆਂ ਰਹਿਣਗੀਆਂ, ਅਲਟੀਮੇਟਲੀ ਫਿਰ ਇੱਕ ਮੁਲਕ ਡਿਵਾਈਡ ਕਰਨ ਦੇ ਬਿਲਕੁਲ ਆ ਜਾਂਦਾ।
और यही गल असी लगातार मुद्दे दे उत्ते उठांदे भी आए हैं कि जिहड़ा घट गिणती भाईचारा है वह आखिरकार क्यों उत्थे नहीं रह पा रहा, क्यों कॉन्फिडेंस लैवल जिहड़ा उत्थे दीआं सरकारां नहीं पैदा कर पा रही, और जेकर घट गिणती भाईचारे की गल करिए पंजाब दे विच कई साडे भाईचारे ने जो कि वह खुद कह रहे हैं कि असी सेफ नहीं है, लेकिन हुण जेकर मैं पंजाबियों की गल कर लवां वह अपने आप नूं सेफ नहीं मन रहे। रिपोर्ट्स मीडिया रिपोर्ट्स दिंदियां हन दसदियां हन कि हिंदू एजेंडा 2019 लोक सभा चोणां वी आने वाली आने वाले समय के की वाकई ही हिंदू एजेंडा है, और वाकई जेकर यह गल सच है तो की है भारत के वसदे घट गिणती भाईचारे के लिए घातक हैगी है। जानने की कोशिश करांगे इन्हां गलां दे जवाब और इन्हां गलां दे उत्ते की कुछ दसना चाहुंदे ने अमनप्रीत सिंह जी ते तिरलोक सिंह जी इस ब्रेक तो उस पार।